ਦੋਸਤੋ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇੱਕ ਆਰਟੀਕਲ ਹੈ, ਇਹ ਵੈਬਸਾਈਟ ਹੈ ਇੱਕ ਲਾਅ ਨਾਓ ਕੈਨੇਡਾ ਦੇ ਬਾਰੇ, ਇੱਕ ਲਾਅ ਜੋ ਵੀ ਕੁਝ ਇਨਫੋਰਮੇਸ਼ਨ ਹੁੰਦੀ ਕਈ ਵਾਰ ਆਰਟੀਕਲ ਲਿਖਦੇ ਹੁੰਦੇ ਆ। ਇਸ ਵੈਬਸਾਈਟ 'ਤੇ ਨਾ ਇੱਕ ਆਰਟੀਕਲ ਆਇਆ ਸੀ, ਐਕਚੁਲੀ ਹੁਣ ਦੇਖ ਕਦੋਂ ਪਬਲਿਸ਼ ਹੋਇਆ ਹੈ, ਸੋਰੀ ਇਟਸ ਇਨ ਮਾਰਚ, ਗਵਰਮੈਂਟ ਯੂਜ ਆਫ ਏ ਆਈ ਇਨ ਇਮੀਗ੍ਰੇਸ਼ਨ ਰੈਫਿਊਜੀ ਸਿਸਟਮ ਦੀਜ਼ ਓਵਰਸਾਈਟ, ਆਰਟੀਫਿਸ਼ਲ ਇੰਟੈਲੀਜੈਂਸ ਇਮੀਗ੍ਰੇਸ਼ਨ ਐਪਲੀਕੇਸ਼ਨ ਵਿੱਚ ਯੂਜ਼ ਹੋ ਰਿਹਾ। ਉਸ ਟਾਈਮ ਇਹਨਾਂ ਨੇ ਕਿਹਾ ਸੀ, 2018 ਵਿੱਚ ਐਕਚੁਲੀ ਇੱਕ ਰਿਪੋਰਟ ਵੀ ਆਈ ਸੀ ਉਸ ਟਾਈਮ ਕਿ ਗਵਰਮੈਂਟ ਸੋਚ ਰਹੀ ਹੈ ਕਿ ਜਿੰਨੀ ਵੀ ਸਾਰੀ ਐਪਲੀਕੇਸ਼ਨਸ ਆ ਰਹੀਆਂ, 1-2 ਲੱਖ ਐਪਲੀਕੇਸ਼ਨ, ਕਈ ਵਾਰ ਟੂਰਿਸਟ ਵੀਜ਼ਾ ਦੀ ਐਪਲੀਕੇਸ਼ਨ ਬਹੁਤ ਸਾਰੀ ਆਈ ਜਾਂਦੀ ਹੈ। ਨੋਰਮਲੀ ਦੇ ਲੁੱਕ ਐਟ ਇਸ ਐਜ਼ ਅ ਰੂਟੀਨ ਐਪਲੀਕੇਸ਼ਨ, ਅਤੇ ਰੂਟੀਨ ਐਪਲੀਕੇਸ਼ਨਸ ਨੂੰ ਇੱਕ ਸਟ੍ਰੀਮਲਾਈਨ ਕਰਨ ਲਈ ਫਿਰ ਉਹ ਕੰਪਿਊਟਰਾਈਜ਼ ਉਹ ਅਸੈਸਮੈਂਟ ਕਰਦੇ ਹਾਂ। ਕਈ ਵਾਰ ਤੁਸੀਂ ਸੁਣਿਆ ਹੋਏਗਾ ਕਿ ਕਈ ਕੰਪਨੀਜ਼ ਵੀ ਰੈਜ਼ਿਊਮੇਜ਼ ਨੂੰ ਇਲੈਕਟ੍ਰੋਨਿਕਲੀ ਸਕੈਨ ਕਰਕੇ ਯੈਸ ਐਂਡ ਨੋ ਡਿਸਾਈਡ ਕਰਦੀ ਕਿ ਉਹਨਾਂ ਨੂੰ ਹੁਣ ਇੰਟਰਵਿਊ ਲਈ ਬੁਲਾਇਆ ਜਾਏ ਕਿ ਨਹੀਂ, ਬੇਸਡ ਔਨ ਸਰਟਨ ਕੀਵਰਡਸ। ਸੋ ਇਹ ਹੁਣ ਇਮੀਗ੍ਰੇਸ਼ਨ ਵਿੱਚ ਵੀ ਇਹ ਕਿੱਦਾਂ ਕਰ ਰਹੇ ਹੈ ਉਹਦੇ ਬਾਰੇ ਮੈਨੂੰ ਐਕਚੁਲੀ ਕੁਛ ਐਪਲੀਕੇਸ਼ਨਸ ਮੈਂ ਦੇਖੀ ਕਿ ਜਿਹੜੇ ਸਾਰੇ ਸਭ ਕੁਝ ਹੁੰਦੇ ਹੋਏ ਵੀ ਉਹਨਾਂ ਨੇ ਆਊਟਰਾਈਟ ਵਿਦ ਇਨ 1 ਡੇ ਔਰ 2 ਡੇਸ ਵੈਰੀ ਕੁਇਕਲੀ ਉਹਨਾਂ ਨੂੰ ਰਿਫਿਊਜ਼ ਕਰਤਾ। ਮੈਨੂੰ ਲੱਗਦਾ ਕਿ ਇਹ ਆਰਟੀਫਿਸ਼ਲ ਇੰਟੈਲੀਜੈਂਸ ਕਾਫੀ ਸ਼ੁਰੂ ਹੋ ਗਿਆ ਹੈ, ਅਤੇ ਨਿਊ ਦਿੱਲੀ ਹਾਈ ਕਮਿਸ਼ਨ ਤੋਂ ਵੀ ਕਾਫੀ ਐਪਲੀਕੇਸ਼ਨ ਰੂਟੀਨਲੀ ਇਸ ਤਰ੍ਹਾਂ ਰਿਜੈਕਟ ਹੋ ਜਾਂਦੀ ਹੈ ਵਿਦਆਊਟ ਈਵਨ ਰਾਈਮ ਔਰ ਰੀਜ਼ਨ। ਸੋ ਇਹ ਤੁਸੀਂ ਥੋੜ੍ਹਾ ਜਿਹਾ ਦੇਖ ਲਓ ਕਿ ਵੀ ਕੀ ਹੋ ਰਿਹਾ। ਆਰਟੀਕਲ ਨੂੰ ਦੇਖਦੇ ਹਾਂ ਕੀ ਕਹਿ ਰਹੇ ਹੈ, ਕੈਨੇਡਾ ਬਿਗਨ ਯੂਜ਼ਿੰਗ ਆਟੋਮੇਟਿਡ ਡਿਸੀਜਨ ਮੇਕਿੰਗ ਟੂ ਮੇਕ ਡਿਟਰਮੀਨੇਸ਼ਨਸ ਅਬਾਊਟ ਪੀਪਲਸ ਐਪਲੀਕੇਸ਼ਨ ਰਿਪੋਰਟ ਲਿਸਟ ਇਨ ਯੂਨੀਵਰਸਿਟੀ ਇੰਟਰਨੈਸ਼ਨਲ ਯੂਨੀਵਰਸਿਟੀ ਬਲਾ, ਸਾਰੇ ਕੁਝ ਆਰਟੀਕਲ ਹੈ। ਇਹ ਤੁਸੀਂ ਇੱਥੇ ਆਰਟੀਕਲ ਇਹਨੂੰ ਨਾ ਇਸ ਤਰ੍ਹਾਂ ਟਾਈਪ ਕਰਕੇ ਗੂਗਲ 'ਤੇ ਟਾਈਪ ਕਰਕੇ ਤੁਸੀਂ ਇਹਨੂੰ ਸਰਚ ਕਰ ਲਓ, ਬਾਕੀ ਆਲ ਪੁੱਟ ਅ ਲਿੰਕ ਆਲਸੋ ਡਾਊਨ ਬਿਲੋ। ਸੋ ਇਹ ਸਾਰਾ ਆਰਟੀਕਲ ਦਿੱਤਾ ਹੋਇਆ ਕਿ ਕਿਸ ਤਰ੍ਹਾਂ ਆਰਟੀਫਿਸ਼ਲ ਇੰਟੈਲੀਜੈਂਸ ਵਧੀਆ ਚੀਜ਼ ਨਹੀਂ ਹੈ, ਇਹਦੇ ਨਾਲ ਡਿਸੀਜਨ ਮੇਕਿੰਗ ਸਾਇੰਟੀਫਿਕ ਨਹੀਂ ਹੋ ਸਕਦਾ। ਸੋ ਇਹ ਮੈਂ ਤੁਹਾਨੂੰ ਸ਼ੋਅ ਕਰਨਾ ਸੀ ਕਿ ਵੀ ਇਹ ਦੇਖ ਲਓ ਕਿ ਵੀ ਇਟ ਇਜ਼ ਵੈਰੀ ਪੋਸੀਬਲ ਕਿ ਤੁਹਾਡੀ ਵੀ ਐਪਲੀਕੇਸ਼ਨ ਜਿਹੜੀ ਤੁਸੀਂ ਇਨਫਾਈਲ ਕਰ ਰਹੇ ਹੋ ਸਕਦਾ ਹੈ ਬਗੈਰ ਕਿਸੇ ਆਫਿਸਰ ਦੇ ਇੱਕ ਕੰਪਿਊਟਰਾਈਜ਼ ਯੈਸ ਔਰ ਨੋ ਡਿਸੀਜਨ ਹੋ ਕੇ ਤੁਹਾਡੇ ਕੋਲ ਆ ਜਾਏ। ਸੋ ਜੇ ਤਾਂ ਅਗਰ ਪਾਸ ਹੋ ਗਿਆ ਪਾਸ, ਦੈਨ ਇਜ਼ ਫਾਈਨ, ਜੇਕਰ ਨੋ ਹੋ ਗਿਆ ਜਸਟ ਬੀ ਕੇਅਰਫੁਲ, ਇਟ ਇਜ਼ ਵੈਰੀ ਪੋਸੀਬਲ ਕਿ ਇਟ ਹੈਜ਼ ਨਾਟ ਬੀਨ ਪ੍ਰੋਪਰਲੀ ਯੂ ਨੋ ਸਕਰੂਟਨਾਈਜ਼ ਐਂਡ ਪ੍ਰੋਪਰਲੀ ਯੂ ਨੋ ਟੇਕਨ ਕੇਅਰ ਆਫ। ਤੁਸੀਂ ਇਹ ਸਕਰੀਨ 'ਤੇ ਦੇਖ ਲਓ ਕਿ ਇੱਕ ਗਵਰਮੈਂਟ ਆਫ ਕੈਨੇਡਾ ਦੀ ਵੈਬਸਾਈਟ ਹੈ ਜਿੱਥੇ ਟੈਂਡਰ ਜਿਹੜੇ ਇਸ਼ੂ ਹੁੰਦੇ ਹੈ ਉਹਦੇ ਬਾਰੇ ਉਹਨਾਂ ਨੇ ਕੁਝ ਦੱਸਿਆ ਹੋਇਆ ਹੈ। ਅਤੇ 2018 ਜੂਨ ਵਿੱਚ ਇਹਨਾਂ ਨੇ ਇੱਕ ਟੈਂਡਰ ਇੱਕ ਕੱਢਿਆ ਸੀ ਕਿ ਵੀ ਆਰਟੀਫਿਸ਼ਲ ਇੰਟੈਲੀਜੈਂਸ ਸੋਲਿਊਸ਼ਨ ਸਾਨੂੰ ਵੈਂਡਰ ਚਾਹੀਦੇ ਹੈ ਕਿ ਜਿਹੜੇ ਸੋਫਟਵੇਅਰ ਵਾਲਾ ਜੋ ਵੀ ਸਿਸਟਮ ਜੋ ਇੱਕ ਡਿਵੈਲਪ ਕਰ ਸਕਦੇ ਹਾਂ, ਕਿਉਂਕਿ ਆਰਟੀਫਿਸ਼ਲ ਇੰਟੈਲੀਜੈਂਸ ਇਹਨਾਂ ਨੇ ਕਈ ਚੀਜ਼ਾਂ ਨਾਲ ਇਹਨਾਂ ਨੇ ਜੋੜਨਾ ਹੈ। ਸੋ ਤੁਹਾਨੂੰ ਮੈਂ ਦੱਸਣਾ ਕਿ ਇਹਦੇ ਵਿੱਚ ਇਮੀਗ੍ਰੇਸ਼ਨ ਲਈ ਇਹਨਾਂ ਨੇ ਲਿਖਿਆ ਜ਼ਰੂਰ ਹੈ ਕਿ ਇਮੀਗ੍ਰੇਸ਼ਨ ਵਾਸਤੇ ਇਹਨਾਂ ਨੇ ਯੂਜ਼ ਕਰਨਾ ਸੀ। ਲੈਟ ਮੀ ਸੀ ਇਫ ਆਈ ਕੈਨ ਫਾਈਂਡ ਸਮਥਿੰਗ ਹੇਅਰ। ਸੋ ਉਹਦੇ ਨਾਲ ਉਹ ਵੀ ਕਨਫਰਮ ਹੋ ਜਾਏਗਾ ਕਿ ਵਾਕਈ ਇਹ ਗਵਰਨਮੈਂਟ ਕਾਫੀ ਟਾਈਮ ਸੋ ਸੋਚ ਰਹੀ ਹੈ। ਇਹ ਆਫਿਸਰ ਦਾ ਨਾਮ ਵੀ ਲਿਖਿਆ ਜਿਹਨਾਂ ਨੇ ਆਰਟੀਫਿਸ਼ਲ ਇੰਟੈਲੀਜੈਂਸ ਸੋਲਿਊਸ਼ਨ। ਸੋ ਹੇਅਰ ਇਟ ਇਜ਼, ਬੈਕਗਰਾਊਂਡ ਐਂਡ ਪਰਪਸ ਆਫ ਦਿਸ ਰਿਕੁਐਸਟ ਫਾਰ ਇਨਫੋਰਮੇਸ਼ਨ ਆਬਜੈਕਟ ਇਜ਼ ਵਾਰੀਫਾਈ ਥਰੂ ਦਿਸ ਰਿਕੁਐਸਟ ਫਾਰ ਇਨਫੋਰਮੇਸ਼ਨ ਇਮੀਗ੍ਰੇਸ਼ਨ ਰਿਫਿਊਜੀ ਇੰਸੀਡੈਂਟ ਕੈਨੇਡਾ ESDC ਐਂਡ ਡਿਪਾਰਟਮੈਂਟ ਜਸਟਿਸ ਆਰ ਸੀਕਿੰਗ ਟੂ ਅੰਡਰਸਟੈਂਡ ਹਾਊ ਈਚ ਰਿਸਪੈਕਟਿਵ ਕੁਡ ਲੈਵਰੇਜ ਦ ਬੈਨੀਫਿਟਸ ਆਫ ਆਰਟੀਫਿਸ਼ਲ ਇੰਟੈਲੀਜੈਂਸ। ਆਹ ਦੇਖੋ ਇੱਥੇ ਹੋ ਗਿਆ, ਮਸ਼ੀਨ ਲਰਨਿੰਗ ਐਂਡ ਪ੍ਰੈਡਿਕਟਿਵ ਇਨ ਐਨਾਲਿਟਿਕਸ ਟੈਕਨੋਲੋਜੀ ਸਪੋਰਟ ਡਿਸੀਜਨ ਇੰਕਲੂਡਿੰਗ ਲੀਗਲ ਕੰਸਿਡਰੇਸ਼ਨ ਸਪੋਰਟ ਦ ਡਿਵੈਲਪਮੈਂਟ ਆਫ ਲਿਟੀਗੇਸ਼ਨ ਸਟ੍ਰੈਟਜੀ ਜਨਰੇਟ ਨਿਊ ਇਨਸਾਈਟਸ ਐਂਡ ਬਲਾ ਬਲਾ ਡਿਲੀਵਰੀ ਆਫ ਲੀਗਲ ਸਰਵਿਸਿਸ। ਸੋ ਇਹ ਸਭ ਕੁਝ ਤੁਹਾਡੇ ਸਾਹਮਣੇ ਹੀ ਹੋ ਰਿਹਾ ਹੈ, ਅਤੇ ਇਹ ਕਨਫਰਮ ਹੋ ਗਿਆ ਕਿ ਵਾਕਈ ਹੁਣ ਇਮੀਗ੍ਰੇਸ਼ਨ ਦੀ ਐਪਲੀਕੇਸ਼ਨਸ ਮਸ਼ੀਨ ਨਾਲ ਚੈੱਕ ਹੋ ਰਹੀ ਹੈ, ਮਸ਼ੀਨ ਨਾਲ ਅਪਰੂਵਲ ਵੀ ਹੋ ਰਹੀ ਹੈ, ਅਪਰੂਵਲ ਡਿਸਅਪਰੂਵ ਹੋ ਰਿਹਾ, ਨਾ ਕੇਵਲ ਸਿਰਫ ਆਫਿਸਰ ਦੇਖ ਰਹੇ ਹਾਂ ਜਿਹੜਾ ਪੁਰਾਣਾ ਸਿਸਟਮ ਹੁੰਦਾ ਸੀ। ਹੋਰ ਵੀ ਦੇਖ ਲਓ, ਇੱਕ ਸੈਪਰੇਟ ਪਾਇਲਟ ਪ੍ਰੋਜੈਕਟ ਬੀਂਗ ਐਕਸਪਲੋਰ IRCC ਐਂਡ DOG ਆਰ ਪਾਰਟਨਿੰਗ ਡਿਵੈਲਪ AI ML ਪਾਵਰਡ ਸੋਲਿਊਸ਼ਨ ਫੋਰ ਇਮੀਗ੍ਰੇਸ਼ਨ ਲਾਅ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਚੀਜ਼ ਹੋ ਗਈ ਹੈ, ਦਿਸ ਵਾਜ਼ ਲਾਸਟ ਈਅਰ, ਆਈ ਐਮ ਸ਼ੋਰ ਦਿਸ ਹੈਜ਼ ਬੀਨ ਇੰਪਲੀਮੈਂਟਡ ਨਾਓ। ਸੋ ਨਿਊ ਦਿੱਲੀ ਹਾਈ ਕਮਿਸ਼ਨ ਦਾ ਡੈਫੀਨੇਟਲੀ ਇਹ ਹੋ ਰਿਹਾ ਕੰਮ, ਤੁਹਾਡੀ ਐਪਲੀਕੇਸ਼ਨ ਬਗੈਰ ਆਫਿਸਰ ਤੋਂ ਰਿਵਿਊ ਕੀਤੀ ਜਾ ਰਹੀ ਹੈ। ਸੋ ਯੂ ਨੋ ਯੂ ਡੋਂਟ ਬੀ ਸਰਪ੍ਰਾਈਜ਼ ਇਫ ਯੂ ਡੋਂਟ ਗੈਟ ਪ੍ਰੋਪਰ ਯੂ ਨੋ ਫੀਡਬੈਕ ਔਨ ਵਾਟਸ ਗੋਇੰਗ ਔਨ, ਇਟਸ ਸਮਥਿੰਗ ਦੈਟ ਯੂ ਮਸਟ ਬੀ ਲੁਕਿੰਗ ਆਊਟ। ਹਲ ਹੋਰ ਇੰਟਰਸਟਿੰਗ ਇਨਫੋਰਮੇਸ਼ਨ ਆ ਰਹੀ ਹੈ, IRCC ਡਿਸੀਜਨਸ ਲਿਟੀਗੇਸ਼ਨਸ ਇਨ ਟ੍ਰੈਂਡਸ, IRCC ਇਜ਼ ਸੀਕਿੰਗ ਅ ਸੋਲਿਊਸ਼ਨ ਟੂ ਅਸਿਸਟ ਇਨ ਲੀਗਲ ਰਿਸਰਚ, ਇਟ ਇਜ਼ assist in the development of legal advice, legal risk assessment using predictive outcomes and litigation by litigation trend analysis. These are many different areas of immigration law where IRCC officials make administrative decisions that are litigated. DOG counsel and paralegals
together with IRCC litigation analysts, review, respond, and manage the volume of litigation. Yeah, so this is it. It of course is happening. IRC has been teacher by human pre-risk teacher research. Wow. So the uses of possible would be IRC litigation analyst, DOG counsels, and litigation management. Blah blah blah. Okay. Yeah. So that's all I had to let you know, and you know, so that I'll take it back to the article which I was showing you. Yeah, this is the article that I had shown earlier, so you can read about it. It's right here, law now. You can type your law now, and you know, maybe you can type on Google and you can read. All right, thank you very much, as usual. Your comments, I appreciate it.